मैनू नहीं धक्के मारने धक्का नहीं धक्का नहीं करना सेल्फी आ शॉट इस तरह के बिक्रम मजीठिया ते जिहड़ा परचा सी ऐसी जो कानून दे अनुसार कीता हाई कोर्ट दे आदेशां ते होया सी सारा कुछ कानून दे अनुसार होया जो इन्हां ने बद फैलिया कीतिया जो नशे बेचे उसका ये प्रमाण है। मैं तो यह कहना कि कबीरा तेरी झोंपड़ी कन खट्टे अनके पास करनगे सो भरनगे तू क्यों बेहोदा याचिका सी ਉਹ ਰੱਦ ਕਰ ਦਿੱਤੀ ਗਈ ਹੈ ਯਾਨੀ ਜਿਹੜੀ ਉਹਨਾਂ ਨੂੰ ਕੋਰਟ ਦੀ ਤਰਫੋਂ ਇੱਕ ਬੇਲ ਮਿਲੀ ਹੋਈ ਸੀ ਉਹ ਹੁਣ ਰੱਦ ਹੋ ਗਈ। ਦੇਖੋ ਇਦਾਂ ਹੈ ਕਿ ਬਹੁਤ ਬੜਾ ਕੰਮ ਹੈ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਗਾਲੀਆਂ ਗਈਆਂ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ ਗਿਆ ਪੰਜਾਬ ਦੀ ਅਰਥ ਵਿਵਸਥਾ ਖਰਾਬ ਕੀਤੀ ਗਈ ਹੈ ਇਸ ਕਰਕੇ ਇਹਦੇ 'ਚ ਹਾਈ ਕੋਰਟ ਨੇ ਜਿਹੜਾ ਡਿਸੀਜਨ ਲਿਆ ਉਹ ਕਾਨੂੰਨ ਦੇ ਆਧਾਰ 'ਤੇ ਲਿਆ ਹੈ ਅਤੇ ਅਸੀਂ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਜਿਹੜਾ ਡਿਸੀਜਨ ਹੈ ਉਸ ਦੀ ਪੁਸ਼ਟੀ ਕਰਕੇ ਉਹਨਾਂ ਦਾ ਧੰਨਵਾਦ ਕਰਦੇ। ਅੱਜ ਬੜਾ ਸਾਡਾ ਖੁਸ਼ੀ ਦਾ ਦਿਨ ਹੈ ਕਾਂਗਰਸ ਪਾਰਟੀ ਲਈ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੀ ਸਾਡੇ ਇੱਥੇ ਹੁਣੇ ਹੁਣੇ ਆ ਰਹੇ ਨੇ ਔਰ ਆਹ ਦੇਖੋ ਇਕੱਠ ਦੇਖੋ ਲੋਕਾਂ ਦਾ ਨੌਜਵਾਨ ਮੁੰਡਾ ਦਾ ਉਤਸ਼ਾਹ ਦੇਖੋ ਕਿੰਨਾ ਇਹ ਉਹਨਾਂ ਦੇ ਸਵਾਗਤ ਲਈ ਵੈਲਕਮ ਲਈ ਅਸੀਂ ਖੜੇ ਹਾਂ। ਪੰਜਾਬ 'ਚ ਕਿਸ ਤਰ੍ਹਾਂ ਦੇਖਦੇ ਹੋ ਪੋਜੀਸ਼ਨ ਲੱਗਦਾ ਕਾਂਗਰਸ ਦੀ ਮਤਲਬ ਕਿ ਸਰਕਾਰ ਬਣਨ ਜਾ ਰਹੀ ਹੈ ਸਾਡਾ ਮੁਕਾਬਲਾ ਹੀ ਆਮ ਪਾਰਟੀ ਨਾਲ ਹੈ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ। ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਪ੍ਰਚਾਰ ਵੀ ਕਰਦੇ ਹੋਵੋਗੇ ਹੁਣ ਕਿਆ ਚੋਣਾਂ ਦਾ ਨੇੜੇ ਆ ਗਏ? ਅਸੀਂ ਜੀ ਨਾਭੇ ਪ੍ਰਚਾਰ ਕਰ ਰਹੇ ਹਾਂ ਜਿਹੜੀ ਸਾਡੀ ਡਿਵੈਲਪਮੈਂਟ ਹੋਈ ਹੈ ਥੋੜ੍ਹੀ ਮੋਟੀ ਡਿਵੈਲਪਮੈਂਟ ਰਹਿ ਗਈ ਉਹ ਬੜੀ ਜਲਦੀ ਹੋ ਰਹੀ ਹੈ ਠੇਕੇਦਾਰਾਂ ਨੂੰ ਟੈਂਡਰ ਦਿੱਤੇ ਹੋਏ ਨੇ ਸ਼ਹਿਰ ਦੀ ਮੈਂ ਗੱਲ ਕਰਾਂ ਬੜੀ ਜਲਦੀ ਉਹ ਵੀ ਪੂਰਨ ਹੋ ਜਾਊਗੀ ਜਿਹੜੇ ਤੁਹਾਡੇ ਵਿਕਾਸ ਕੀਤੇ ਨੇ ਵਿਕਾਸ ਦੇ ਮੁੱਦੇ 'ਤੇ ਅਸੀਂ ਨਾਭੇ ਇਲੈਕਸ਼ਨ ਲੜਨ ਜਾ ਰਹੇ ਹਾਂ ਜਿਹੜਾ ਸਾਨੂੰ ਬਹੁਤ ਅੱਛਾ ਰਿਸਪੋਂਸ ਮਿਲ ਰਿਹਾ ਵਿਰੋਧ ਤਾਂ ਥੋੜ੍ਹੀ ਮੋਟੀ ਹੁੰਦੀ ਹੋਇਆ ਪਰ ਜਿਹੜੀਆਂ ਵਾਰਡਾਂ ਦੇ ਵਿੱਚ 23 ਵਾਰਡਾਂ 'ਚ ਸੜਕਾਂ ਨਾਲੀਆਂ ਪਾਣੀ ਦੇ ਪਾਈਪ ਪਏ ਨੇ ਇੰਟਰਲੋਕ ਸੜਕਾਂ ਬਣੇ ਉਹਦੇ ਕਰਕੇ ਨਾਭੇ 'ਚ ਲੋਕਾਂ ਨੂੰ ਉਤਸ਼ਾਹ ਹੈ ਸਾਰਿਆਂ ਦਾ ਮਨ ਇਹੀ ਹੈ ਵੀ ਅਸੀਂ ਨਾਭੇ ਤੋਂ ਕਾਂਗਰਸ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਸਰਦਾਰ ਸਾਧੂ ਸਿੰਘ ਚਤਾਕੇ ਤੌਰ ਆ ਗਿਆ। ਆਪ ਤੇ ਅਕਾਲੀ ਦਲ ਦੀ ਕਿਸ ਤਰ੍ਹਾਂ ਦੇਖ ਰਹੇ ਪੋਜੀਸ਼ਨ? ਦੇਖੋ ਜੀ ਸਾਡਾ ਮੁਕਾਬਲਾ ਹੀ ਆਪ ਨਾਲ ਹੈ ਜੀ ਉਹਦੇ ਕਰਕੇ ਰੌਲਾ ਜ਼ਿਆਦਾ ਆਪ ਦਾ ਪਰ ਅਸੀਂ ਦਾਅਵੇ ਨਾਲ ਕਹਿੰਦੇ ਵੀ ਸਰਕਾਰ ਬਣੋ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਇਹ ਸਾਰੇ ਬਾਰੇ ਰੀਸੈਂਟਲੀ ਹੁਣ ਚੰਨੀ ਸਾਹਿਬ ਆ ਰਹੇ ਹਾਂ ਤੁਸੀਂ ਦੇਖੋ ਸਵਾਗਤ ਲਈ ਨੌਜਵਾਨ ਮੁੰਡੇ ਕਿਵੇਂ ਖੜੇ ਨੇ। ਹਾਂ ਮੁੱਖ ਮੰਤਰੀ ਚੰਨੀ ਸਾਹਿਬ ਅੱਜ ਸਾਡੇ ਨਾਭੇ ਆ ਰਹੇ ਨੇ ਜੀ ਤਾਂ ਤੁਸੀਂ ਦੇਖ ਰਹੇ ਹੋ ਨੌਜਵਾਨਾਂ 'ਚ ਜਿਹੜਾ ਜੋਸ਼ ਹੈ ਚੰਨੀ ਜੀ ਦੇ ਪ੍ਰਤੀ ਬਹੁਤ ਜ਼ਿਆਦਾ ਹੈ ਸੋ ਆਉਣ ਵਾਲੀ ਫਰਵਰੀ ਨੂੰ ਚੰਨੀ ਜੀ ਦੀ ਸਰਕਾਰ ਬਣੂਗੀ ਚੰਨੀ ਜੀ ਮੁੱਖ ਮੰਤਰੀ ਬਣਨਗੇ 20 ਫਰਵਰੀ ਨੂੰ। ਯੂਥ ਦਾ ਕੀ ਸਾਰਿਆਂ ਨਾਲੋਂ ਵੱਡਾ ਯੋਗਦਾਨ ਹੋਊਗਾ? ਯੂਥ ਦਾ ਹੁਣ ਇਹਨਾਂ ਨੇ ਨੌਕਰੀਆਂ ਦਿੱਤੀਆਂ ਨੇ ਭਲਾਈ ਦੇ ਕੰਮ ਕਰੇ ਨੇ ਉਹ ਸਭ ਕੁਝ ਦੇਖ ਕੇ ਹੋਈ ਵਿਕਾਸ ਕਰੇ ਨੇ ਉਹ ਸਭ ਕੁਝ ਦੇਖ ਕੇ ਨੌਜਵਾਨ ਨਾਲ ਖੜੇ ਨੇ ਸਾਰੇ ਕੋਈ ਚੱਕਰ ਹੀ ਨਹੀਂ।